ਸਿਖਾਦੋ ਤੋਂ ਮੈਂ ਤੇਂਦਰਪਾਲ ਸਿੰਘ ਐਸਟੋਬਜੋਇਸਸ ਪ੍ਰਾਈਵੇਟ ਲਿਮਟਿਡ ਤੋਂ ਕਾਫੀ ਟਾਈਮ ਤੋਂ ਮੈਨੂੰ ਵਿਊਜ਼ ਦੀ ਡਿਮਾਂਡ ਆ ਰਹੀ ਸੀ ਕਿ ਕੈਨੇਡਾ ਦੇ ਵਿੱਚ ਇੱਕ ਬਰੀਫ ਇਨਫੋਰਮੇਸ਼ਨ ਦਿੱਤੀ ਜਾਵੇ ਕਿ ਅਸੀਂ ਉੱਥੇ ਸੈਟਲ ਕਿਸ ਤਰੀਕੇ ਨਾਲ ਹੋ ਸਕਦੇ ਹਾਂ ਸੋ ਫਰੈਂਡਸ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਦੇ ਵਿੱਚ ਕਿਸ ਵੇਲੇ ਤੁਸੀਂ ਸੈਟਲ ਹੋ ਸਕਦੇ ਪਹਿਲਾਂ ਤਾਂ ਸਟੂਡੈਂਟ ਵੀਜ਼ਾ ਜਿਹੜਾ ਪਾਪੂਲਰ ਵੇ ਹੈਗਾ ਤੁਸੀਂ ਸਟੂਡੈਂਟ ਵੀਜ਼ਾ 'ਤੇ ਜਾਂਦੇ ਹੋ ਬੈਚਲਰ ਡਿਗਰੀ ਜਾਂ ਡਿਪਲੋਮਾ ਕਰਦੇ ਹੋ ਉੱਥੋਂ ਜਾਂ ਮਾਸਟਰ ਡਿਗਰੀ ਕਰਦੇ ਹੋ ਉਸ ਤੋਂ ਬਾਅਦ ਤੁਹਾਨੂੰ 1 ਸਾਲ ਤੋਂ ਲੈ ਕੇ 3 ਸਾਲ ਤੱਕ ਦਾ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਪੋਸਟ ਸਟੱਡੀ ਵਰਕ ਪਰਮਿਟ ਜਾਂ ਤੁਸੀਂ ਉੱਥੇ ਗੇਨ ਕਰਦੇ ਉਸ ਤੋਂ ਬਾਅਦ ਪੀ ਆਰ ਦਾ ਵੀ ਚੱਲ ਪੈਂਦਾ ਜਾਂ ਤੁਸੀਂ ਵਰਕ ਪਰਮਿਟ 'ਤੇ ਜਾਂਦੇ ਹੋ ਤਾਂ ਉਹਦੇ ਵਿੱਚ ਵੀ ਤੁਸੀਂ ਕੈਟਾਗਰੀ ਪੀ ਆਰ ਦੇ ਵਿੱਚ ਆ ਜਾਂਦੇ ਹੋ ਹੁਣ ਗੱਲ ਕਰਨ ਜਾ ਰਹੇ ਕੋ ਪੀ ਆਰ ਕਿਸ ਤਰੀਕੇ ਨਾਲ ਲੈਣੀ ਆ ਅਸੀਂ ਪੀ ਆਰ ਦਾ ਪਹਿਲਾ ਵੇਅ ਦਾ ਜਿਹੜਾ ਹੈਗਾ ਉਹ ਹੈਗਾ ਸਕਿੱਲਡ ਵਰਕਰ ਜਿਹਦੇ ਵਿੱਚ ਸਕਿੱਲਡ ਵਰਕਰ ਐਂਡ ਟ੍ਰੇਡ ਵਰਕਰ ਦੋਨੇ ਆ ਜਾਂਦੇ ਆ ਸਕਿੱਲਡ ਵਰਕਰ ਦੇ ਵਿੱਚ ਸਟੇਟ ਨੋਮੀਨੇਸ਼ਨ ਵੀ ਆ ਜਾਂਦੀ ਹੈ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜਿਹਨੂੰ ਕਹਿੰਦੇ ਆ ਕੈਨੇਡੀਅਨ ਐਕਸਪੀਰੀਅੰਸ ਸੋਰੀ ਐਕਸਪ੍ਰੈਸ ਕੈਟਾਗਰੀ ਫੈਡਰਲ ਗਵਰਨਮੈਂਟ ਵੀ ਆ ਜਾਂਦੀ ਹੈ ਕੈਨੇਡਾ ਸਰਕਾਰ ਦੀ ਵੀ ਆਪਣੀ ਕੈਟਾਗਰੀ ਹੈ ਐਕਸਪ੍ਰੈਸ ਕੈਟਾਗਰੀ ਪਲੱਸ ਤੁਹਾਡੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਹੜੇ ਸਟੂਡੈਂਟ ਜਾਂ ਵਰਕ ਪਰਮਿਟ ਤੋਂ ਵਰਕ ਗੇਨ ਕਰਦੇ ਆ ਉੱਥੇ ਕੈਨੇਡਾ ਦਾ ਜਾਂ ਜਿਹੜੇ ਵਰਕ ਪਰਮਿਟ 'ਤੇ ਜਾਂਦੇ ਉਹਨਾਂ ਲਈ ਵੀ ਇਹ ਕੈਟਾਗਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਆ ਜਾਂਦੀ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਕੈਨੇਡਾ ਦੇ ਸੈਲਫ ਇੰਪਲਾਇਡ ਕੈਟਾਗਰੀ ਆ ਜਾਂਦੀ ਹੈ ਜਿਹੜੀ ਕਿ ਸਪੈਸ਼ਲੀ ਕਲਚਰ ਆਰਟਿਸਟ ਐਂਡ ਸਪੋਰਟਸ ਪਰਸਨ ਲਈ ਹੈਗੀ ਆ ਦੈਨ ਉਸ ਤੋਂ ਅੱਗੇ ਵੀ ਆਈ ਅਸੀਂ ਬਿਜ਼ਨਸ ਕਲਾਸ ਬਿਜ਼ਨਸ ਐਂਟਰਪ੍ਰੀਨਿਓਰ ਜਾਂ ਬਿਜ਼ਨਸ ਇਨਵੈਸਟਰ ਕੈਟਾਗਰੀ ਦੇ ਵਿੱਚ ਆ ਜਾਂਦੇ ਆ ਜਿਹੜੇ ਕਾਫੀ ਪੈਸਾ ਲਗਾ ਕੇ ਉੱਥੇ ਜਾਂਦੇ ਆ ਜਾਂ ਕੋਈ ਬਿਜ਼ਨਸ ਵੈਂਚਰ ਵਿੱਚ ਹੋ ਸਕਦਾ ਦੈਨ ਆਫਟਰ ਇਹ ਕੈਟਾਗਰੀ ਹੈਗੀ ਹੈ ਜਿਹੜੀ ਫਿਰ ਪੇਰੈਂਟਸ ਜਾਂ ਸਪਾਊਸ ਜਾਂ ਅਡੋਪਟਡ ਚਾਈਲਡ ਜੇ ਤੁਸੀਂ ਬੁਲਾਉਂਦੇ ਹੋ ਇਮੀਗ੍ਰੇਸ਼ਨ ਫੈਮਿਲੀ ਮਾਈਗ੍ਰੇਸ਼ਨ ਦੇ ਵਿੱਚ ਆ ਜਾਂਦੀ ਹੈ ਸੋ ਇਹ ਨੋਰਮਲੀ ਜਿਹੜੀਆਂ ਅਡੋਪਟਡ ਕੈਟਾਗਰੀਜ ਹੈਗੀਆਂ ਉਸ ਤੋਂ ਬਾਅਦ ਹੋਰ ਵੀ ਬਹੁਤ ਕੈਟਾਗਰੀਜ ਹੈਗੀਆਂ ਤੁਸੀਂ ਰਿਫਿਊਜੀ ਵਿੱਚ ਜਾਂਦੇ ਜਾਂ ਕਿਸੇ ਹੋਰ ਤਰੀਕੇ ਨਾਲ ਜਾਂਦੇ ਹੋ ਸੋ ਮੈਨੀ ਵੇਜ ਹੈਗੇ ਕੈਨੇਡਾ 'ਚ ਮਾਈਗ੍ਰੇਟ ਹੋਣ ਦੀ ਬਟ ਜਿਹੜਾ ਇੰਡੀਆ ਦੇ ਵਿੱਚ ਜਿਹੜੀਆਂ ਪਾਪੂਲਰ ਕੈਟਾਗਰੀਜ ਆ ਇਹ ਜਿਹੜੀਆਂ ਚੱਲ ਰਹੀਆਂ ਔਰ ਜਿਹਨਾਂ ਦੀ ਮੈਂ ਪ੍ਰੈਕਟਿਸ ਕਰ ਰਿਹਾ ਸਪੈਸ਼ਲੀ ਅਸੀਂ ਜਿਹਨਾਂ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਇਸਦੇ ਰਿਲੇਟਡ ਮੈਂ ਤਕਰੀਬਨ ਹਰ ਸੈਟਰਡੇ ਵੈਬੀਨਰ ਵੀ ਲੈਣਾ ਜੇ ਤੁਹਾਨੂੰ ਕਦੇ ਕੋਈ ਇਨਕੁਆਇਰੀਜ਼ ਹੁੰਦੀਆਂ ਤਾਂ ਤੁਸੀਂ ਮੇਰੇ ਵੈਬੀਨਰ 'ਤੇ ਵੀ ਜੁਆਇਨ ਕਰ ਸਕਦੇ ਹੋ ਕਦੇ ਵੀ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ